ਸਮਜੀ ਕਿਦਾਂ ਸਾਰੇ ਤੇ ਵੀਡੀਓ ਆ ਜੀ ਵੀਡੀਓ ਆ ਜੀ ਇੱਕ ਬੰਦੇ ਦੀ ਜਿਹੜਾ ਕਿ ਬੱਕਰੀ ਬਣ ਗਿਆ ਹਾਂਜੀ ਤੇ ਗਾਂਧੀ ਦੀ ਬੱਕਰੀ ਦਾ ਤੱਥ ਵੀਡੀਓ ਦੇ ਅੰਤ ਵਿੱਚ ਦੱਸਾਂਗੇ ਪੂਰੀ ਵੀਡੀਓ ਦੇਖਿਓ ਸਾਰੀ ਵੀਡੀਓ ਬਹੁਤ ਵਧੀਆ ਹੈ ਜੀ ਚਲਦੀ ਚਲਦੀ ਸ਼ੇਅਰ ਵੀ ਕਰੀ ਚਲਿਓ ਆਜੋ ਤੁਹਾਨੂੰ ਦਿਖਾਉਨੇ ਆ ਇੱਕ ਇਨਸਾਨ ਜਿਹੜਾ ਕਿ ਬੱਕਰੀ ਬਣ ਗਿਆ ਤੇ ਗਾਂਧੀ ਵਾਲੀ ਬੱਕਰੀ ਦਾ ਅੰਤ ਵਿੱਚ ਤੁਹਾਨੂੰ ਵਿਖਾਉਨੇ ਆ ਜਿਹੜੀ ਕਿ ਇੰਗਲੈਂਡ ਝੂੜੇ ਮਾੜੇ ਲਿਆਈ ਸੀ ਪਤੰਦਰ ਦੀ ਆਜੋ ਤੇ ਇਹ ਬੰਦਾ ਜੀ ਇਹ ਬੱਕਰੀ ਬਣਿਆ ਇੱਕ ਵੀਕ ਲਈ ਇੱਕ ਵੀਕ ਤੋਂ ਜ਼ਿਆਦਾ ਸਮੇਂ ਲਈ ਇਸ ਨੇ ਕਈ ਹਜ਼ਾਰ ਡਾਲਰ ਖਰਚੇ ਇਹ ਸਾਰਾ ਕੁਝ ਬਣਾਇਆ ਇਸ ਤਰ੍ਹਾਂ ਤੇ ਇਸ ਨੇ ਇੱਕ ਕਿਤਾਬ ਵੀ ਲਿਖੀ ਆ ਵੀ ਬੱਕਰੀ ਬਣ ਕੇ ਹੋਇਆ ਕੀ ਹੈ ਨਾ ਵੀ ਜਿਸ ਤਰ੍ਹਾਂ ਬੱਕਰੀਆਂ ਰਹਿੰਦੀਆਂ ਖਾਂਦੀਆਂ ਪੀਂਦੀਆਂ ਸੌਂਦੀਆਂ ਸਾਰਾ ਹੀ ਕੁਝ ਹੈ ਨਾ ਸਵਿਸ ਐਲਪਸ ਪਹਾੜੀਆਂ ਜਿਸ ਨੇ ਇੱਕ ਵੀਕ ਤੋਂ ਜ਼ਿਆਦਾ ਟਾਈਮ ਸਮਾਂ ਕੀਤਾ ਤੇ ਆ ਦਿਖਾਉਣੇ ਆ ਤੁਹਾਨੂੰ ਆ ਜੋ ਪਤੰਦਰਾਂ ਦੇ ਕੰਮ ਪੁੱਠੇ ਹੀ ਆ ਪਹਿਲਾਂ ਤਾਂ ਕਈ ਹਜ਼ਾਰ ਡਾਲਰ ਖਰਚ ਕੇ ਨੇ ਆ ਡਿਜ਼ਾਈਨ ਬਣਾਇਆ ਹਨਾ ਵੀ ਕਿਹੜਾ ਸਹੀ ਰਹੂਗਾ ਇਹਦੇ ਲਈ ਹਨਾ ਆ ਸਾਰੇ ਡਿਜ਼ਾਈਨ ਤੁਸੀਂ ਦੇਖ ਸਕਦੇ ਆ ਤੇ ਇਹ ਵਾਲਾ ਇਹਦੇ ਲਈ ਸਹੀ ਰਿਹਾ ਸੀ ਤੇ ਥੌਮਸੀ ਦਾ ਨਾਮ ਆ ਤੇ ਹੋਰ ਇਹਨੇ ਕੀ ਕੀ ਕੀਤਾ ਤੁਹਾਨੂੰ ਦਿਖਾਉਣੇ ਆ ਜੀ ਤੇ ਇਸ ਨੇ ਕਿਹਾ ਵੀ ਮਨੁੱਖੀ ਜੀਵਨ ਦੀਆਂ ਚਿੰਤਾਵਾਂ ਛੱਡ ਕੇ ਪਸ਼ੂਆਂ ਦੀ ਪਸ਼ੂਆਂ ਦੀ ਜ਼ਿੰਦਗੀ ਜਿਵੇਂ ਦੇਖਿਆ ਜਾਵੇ ਉਹਨਾਂ ਵਾਂਗੂ ਸੋਚਿਆ ਜਾਵੇ ਉਹਨਾਂ ਵਾਂਗੂ ਰਿਹਾ ਜਾਵੇ ਦੇਖੋ ਤੁਸੀਂ ਇਸ ਨੇ ਕਈ ਦਿਨ ਬੱਕਰੀਆਂ ਦੇ ਨਾਲ ਪਹਾੜਾਂ 'ਚ ਜਿੱਧਰ ਨੂੰ ਜਾਂਦੀਆਂ ਸੀ ਉੱਧਰ ਨੂੰ ਤੁਰਿਆ ਜਾਂਦਾ ਸੀ ਬੱਕਰੀਆਂ ਵੀ ਇਸ ਨੂੰ ਬੱਕਰੀ ਸਮਝਣ ਲੱਪਈਆਂ ਸੀ ਕਿਉਂਕਿ ਰਹਿੰਦਾ ਹੀ ਉਹਨਾਂ ਨਾਲ ਸੀ ਦਿਨ ਰਾਤ ਹਨਾ ਤੇ ਜਿੱਧਰ ਨੂੰ ਇਹ ਤੁਰਦਾ ਹੁੰਦਾ ਸੀ ਮੋਰੇ ਮੋਰੇ ਬੱਕਰੀਆਂ ਵੀ ਇਹਦੇ ਪਿੱਛੇ ਤੁਰਦੀਆਂ ਸੀਗੀਆਂ ਇਹ ਕੋਈ ਫਿਲਮੀ ਸੀਨੀ ਨਹੀਂ ਜਾਂ ਕੋਈ ਝੂਠ ਨਹੀਂ ਹਨਾ ਇਹਨੇ ਕਿਤਾਬ ਵੀ ਲਿਖੀ ਉਹ ਵੀ ਤੁਹਾਨੂੰ ਦਿਖਾ ਦੇਣਾ ਹਨਾ ਕਈਆਂ ਨੂੰ ਯਕੀਨ ਨਹੀਂ ਹੋਣਾ ਭਈ ਐਵੇਂ ਰੋੜੀ ਜਾਂਦਾ ਭਰਾਵੋ ਦੁਨੀਆ ਪਰੇ ਤੋਂ ਪਰਿਆ ਤੇ ਲੋਕ ਖਰੇ ਤੋਂ ਖਰੇ ਆ ਅੱਛਾ ਜੀ ਇਹ ਇਸ ਤਰ੍ਹਾਂ ਇਹ ਘਾਹ ਨੂੰ ਉਬਾਲ ਕੇ ਖਾਂਦਾ ਹੁੰਦਾ ਸੀ ਅੱਗ ਤੇ ਕਿਉਂਕਿ ਸੁੱਕਾ ਘਾਹ ਤੇ ਖਾ ਨਹੀਂ ਸਕਦਾ ਬੰਦਾ ਤੇ ਇੱਕ ਪਾਦਰੀ ਨੇ ਲੋਕਾਂ ਨੂੰ ਸੁੱਕਾ ਘਾਹ ਖਵਾਇਆ ਉਹ ਵੀ ਅਸੀਂ ਵੀਡੀਓ 'ਚ ਦਿਖਾਉਣਾ ਤੁਹਾਨੂੰ ਆ ਦੇਖੋ ਜੀ ਇਹ ਘਾਹ ਨੂੰ ਉਬਾਲ ਕੇ ਖਾਂਦਾ ਹੁੰਦਾ ਸੀ ਹੈਨਾ ਖਾਂਦਾ ਘਾਹੀ ਸੀਗਾ ਕੱਲਾ ਕਿਉਂਕਿ ਬੱਕਰੀਆਂ ਵੀ ਘਾਈ ਖਾਂਦੀਆਂ ਇਹ ਨਹੀਂ ਭੀ ਜੇ ਬੱਕਰੀਆਂ ਵਾਲੀ ਜ਼ਿੰਦਗੀ ਜੀਣੀ ਆ ਤਾਂ ਬੱਕਰੀਆਂ ਨੂੰ ਕਿਹੜਾ ਪਤਾ ਲੱਗਣਾ ਮੁਰਗੇ ਦੀ ਲੱਤ ਚੱਕ ਲੈਣੇ ਇਦਾਂ ਨਹੀਂ ਜੀ ਖਾਂਦਾ ਘਾਹੀ ਸੀਗਾ ਕਿ ਜੋ ਸਾਰਾ ਕੁਝ ਇਹਨੇ ਸਹੀ ਤਰ੍ਹਾਂ ਨਾਲ ਕੀਤਾ ਜੇ ਕੀਤਾ ਤਾਂ ਹਨਾ ਜੇ ਪੰਗਾ ਲਿਆ ਤਾਂ ਪੂਰੀ ਤਰ੍ਹਾਂ ਨਾਲ ਹੀ ਲਿਆ ਨਹੀਂ ਤਾਂ ਪੰਗਾ ਕਾਹਨੂੰ ਲੈਣਾ ਸੀ ਅਗਲਾ ਇੰਗਲੈਂਡ ਦਾ ਜੰਮਿਆ ਭਲਿਆ ਨਜ਼ਾਰੇ ਲੈਂਦਾ ਹਨਾ ਪਰ ਜਿਹੜੇ ਪੁੱਠੇ ਗਮ ਹੀ ਨਾ ਕੋਈ ਪਤੰਦਰਾ ਕੋ ਹਨਾ ਆ ਜਾਓ ਤੇ ਇੱਕ ਸੈਕਿੰਡ ਤਸਵੀਰ ਆਉਂਦੀ ਪਈ ਆ ਜੀ ਰਾਹ ਚ ਰਹਿ ਗਈ ਬੱਕਰੀ ਖਾ ਗਈ ਲੱਗਦਾ ਆ ਗਈ ਆ ਗਈ ਆ ਦੇਖੋ ਬੱਕਰੀਆਂ ਵੀ ਇਸ ਨੂੰ ਬੱਕਰੀ ਸਮਝਦੀਆਂ ਜੀ ਵੀ ਸਾਡੇ ਨਾਲ ਦੀ ਆ ਬੱਕਰੀ ਇਹ ਵੀ ਹੈ ਨਾ ਬੰਦਾ ਐਨ ਪ੍ਰੋਪਰ ਉਹਨਾਂ ਚ ਰਲ ਮਿਲ ਗਿਆ ਸੀ ਹੈ ਨਾ ਇੱਕ ਦੋ ਦਿਨ ਨਹੀਂ ਕਈ ਵੀਕ ਤੱਕ ਇਹਨਾਂ ਇਸ ਤਰ੍ਹਾਂ ਕੀਤਾ ਕਈ ਹਜ਼ਾਰ ਡਾਲਰ ਖਰਚੇ ਹੈ ਨਾ ਤੇ ਦੇਖੋ ਜੀ ਸੋਹਣਾ ਬੜਾ ਯਾਰ ਸুইস ਐਲਪਸ ਪਹਾੜੀਆਂ ਹੈ ਨਾ ਦੇਖ ਸਕਦੇ ਆ ਤੁਸੀਂ ਤੇ ਹੋਰ ਦਿਖਾਉਣਾ ਤੁਹਾਨੂੰ ਹੋਰ ਵੀ ਤਾਥੀ ਸੀ ਵੀਡੀਓ ਚ ਬੜੇ ਘੰਟਾ ਵੈਸੇ ਆਪਣੇ ਲੋਕਾਂ ਨੂੰ ਸ਼ੌਂਕ ਘਟਾਈ ਆ ਕਿਤਾਬਾਂ ਪੜਨ ਦਾ ਤੇ ਲਿੰਕ ਦੇ ਦਿਨਾ ਤੁਸੀਂ ਇਹ ਦੇਖ ਸਕਦੇ ਆ Amazon ਤੋਂ ਵੀ ਕਰ ਸਕਦੇ ਆ ਇਹਨੇ ਲਿਖੀ ਆ ਗੋਡਮੈਨ ਹਾਊ ਟੂ ਟੇਕ ਅ ਹੌਲੀਡੇ ਫਰਮ ਬੀਇੰਗ ਹਿਊਮਨ ਤੇਈ ਦਾ ਨਾਮ ਇਹ ਵਾਲਾ ਹੈ ਜੀ ਦੇਖ ਸਕਦੇ ਆ ਤੁਸੀਂ ਸਰਚ ਕਰਕੇ ਕਿਤਾਬ ਮੰਗਵਾ ਸਕਦੇ ਆ ਉਸਨੇ ਆਪਣੇ ਅਨੁਭਵ ਲਿਖਿਆ ਵੀ ਬੰਦੇ ਦੀ ਜਗ੍ਹਾ ਜੇ ਬੰਦਾ ਜਾਨਵਰ ਬਣ ਕੇ ਰਵੇ ਕੀ ਮਹਿਸੂਸ ਹੁੰਦਾ ਮਾਈਂਡ ਕਿਦਾਂ ਰਿਲੈਕਸ ਹੁੰਦਾ ਸਾਰਾ ਕੁਝ ਹੈ ਨਾ ਤੇਈ ਦੀ ਕਿਤਾਬ ਲਿਖੀ ਹੋਈ ਆ ਹੈ ਨਾ ਵੀ ਸਾਰਾ ਕੁਝ ਪਿਆ ਆ ਵੀ ਕੋਈ ਝੂਠ ਨਹੀਂ ਕੋਲੋ ਨਹੀਂ ਬਣਾਈਆਂ ਕਿਤੇ ਮੂਵੀ ਦੀਆਂ ਤਸਵੀਰਾਂ ਨਹੀਂ ਪ੍ਰਭੂ ਵੀ ਲੱਗਦੀ ਤਾਂ ਝੂਠੀ ਜੀ ਗੱਲ ਆ ਵੀ ਯਾਰ ਬੰਦਾ ਬੱਕਰੀ ਬਣ ਗਿਆ ਵੀ ਉਹਨੂੰ ਕੀ ਲੋੜ ਪਈ ਸੀ ਹੈ ਨਾ ਇਹ ਪੰਗੇ ਇਹਨਾਂ ਕੋਲੇ ਪਤੰਦਰਾਂ ਕੋ ਹੈ ਨਾ ਆ ਜਾਓ ਕਿਹੜੇ ਪਿੱਟ ਸਿਆਪੇ ਪਾਇਆ ਮੋਰੇ ਮੋਰੇ ਤੁਰਿਆ ਹੁੰਦਾ ਸੀਗਾ ਤੇ ਹੁਣ ਕਈਆਂ ਨੇ ਕਹਿਣਾ ਇਹਦੀਆਂ ਤਸਵੀਰਾਂ ਕੌਣ ਖਿੱਚਦਾ ਸੀ ਹੈਨਾ ਤਸਵੀਰਾਂ ਤਾਂ ਬਾਈ ਕੋਈ ਦਾ ਕੋਈ ਖਿੱਚਦਾ ਹੀ ਹੋਊਗਾ ਹੈਨਾ ਪਰ ਇਹ ਰਿਹਾ ਇਸ ਤਰ੍ਹਾਂ ਹੀ ਆ ਪੂਰੇ ਦਿਨ ਮੋਰੇ ਮੋਰੇ ਤੁਰਦਾ ਹੁੰਦਾ ਸੀ ਤੇ ਬੱਕਰੀਆਂ ਕਹਿੰਦੀਆਂ ਸੀ ਇਹ ਵੀ ਸਾਡੇ ਨਾਲ ਦੀ ਬੱਕਰੀ ਆ ਦੇਖੋ ਹੈਨਾ ਪਹਾੜਾ ਚ ਪੰਗੇ ਉਹਨਾਂ ਸਾਹਮਣੇ ਘਾਹ ਉਦਾਂ ਵੀ ਮਾੜਾ ਮੋਟਾ ਖਾ ਲੈਂਦਾ ਸੀ ਫਿਰ ਜਦੋਂ ਉਹਨਾਂ ਨਾਲ ਰਹਿਣ ਸਹਿਣ ਲੱਪਿਆ ਬਿਨਾ ਵਾਲਿਆ ਘਾਹ ਵੀ ਮਾੜਾ ਮੋਟਾ ਖਾ ਲੈਂਦਾ ਸੀ ਇੰਨਾ ਕ ਤਾਂ ਬੰਦਾ ਖਾ ਹੀ ਲੈਂਦਾ ਘਾਹ ਹੈਨਾ ਤੇ ਦੇਖੋ ਜੀ ਤੇ ਹੋਰ ਦਿਖਾਉਣਾ ਤੁਹਾਨੂੰ ਇੱਕ ਤੇ ਏਸੀ ਵੀਡੀਓ ਦੇ ਐਂਡ ਵਿੱਚ ਗਾਂਧੀ ਦੀ ਬੱਕਰੀ ਦਾ ਵੀ ਤੁਹਾਨੂੰ ਦਿਖਾਉਣਾ ਜਿਹਦੀ ਤਸਵੀਰ ਪਹਿਲਾਂ ਦਿਖਾਈ ਸੀ ਉਹ ਬਸ ਆਉਣ ਵਾਲੀ ਆ ਹੋਰ ਇਹ ਜੀ ਇਹ ਇੱਕ ਪਾਦਰੀ ਨੇ ਲੋਕਾਂ ਨੂੰ ਕਿਹਾ ਵੀ ਤੁਸੀਂ ਕਾਹ ਖਾਓ ਕਿਉਂਕਿ ਗੌੜ ਦਾ ਬਣਾਇਆ ਹੋਇਆ ਕਾਹ ਸੋ ਖਾ ਗੌੜ ਦੇ ਨੇੜੇ ਆ ਤੁਸੀਂ ਖਾਓਗੇ ਤਾਂ ਤੁਸੀਂ ਗੌੜ ਦੇ ਨੇੜੇ ਹੋ ਜਾਉਗੇ ਹਨਾ ਦੇਖੋ ਉਹ ਜਦਾਂ ਮੋਤੀ ਜੂਰ ਦਾ ਲੱਡੂ ਪਾਇਆ ਹੁੰਦਾ ਕਿੱਦਾਂ ਹੈ ਬੈਠਾ ਦੇਖੋ ਜੀ ਆ ਲੈ ਏ ਸੱਚੀ ਘਾਹ ਖਾਂਦੇ ਬਈ ਇਹ ਵੀ ਨਾਟਕ ਨਹੀਂ ਕਰਦੇ ਕਿਉਂਕਿ ਜਦੋਂ ਸਾਡੀ ਕਿਸੇ ਛੜਦਾ ਹੋ ਜਾਂਦੀ ਹੈ ਨਾ ਧਰਮਾਂ ਚ ਭਈ ਜੋ ਮੋਰਲਾ ਕਹਿੰਦਾ ਬਸ ਉਹੀ ਹੁੰਦਾ ਉਹਨਾਂ ਕਾ ਘਾਹ ਖਾਓ ਚਾਰਚ ਚੋਂ ਭੱਜੇ ਲੋਕ ਘਾਹ ਦਾ ਮੈਂ ਕਹਿੰਦਾ ਤੁਸੀਂ ਦੇਖ ਤੁਹਾਡੇ ਸਾਹਮਣੇ ਹੀ ਆ ਕੋਈ ਇਹ ਵੀ ਝੂਠੀ ਨਹੀਂ ਗਈ ਹੈ ਨਾ ਜਾਂ ਕੋਈ ਫਿਲਮੀ ਸੀਨ ਨਹੀਂ ਸੱਚੀ ਲੋਕਾਂ ਨੇ ਘਾਹ ਸਾਦਾ ਸੋ ਮਨੁੱਖ ਚ ਤਾਂ ਭੇਡਾਂ ਚ ਕੋਈ ਅੰਤਰ ਤਾਂ ਹੈ ਨਹੀਂਗਾ ਹੈ ਨਾ ਦੇਖ ਸਕਦੇ ਆ ਭੇਡਾਂ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਤੁਹਾਨੂੰ ਵੀ ਪਤਾ ਪੰਜਾਬ ਜੂ ਹੀ ਗਈ ਕਿਸ ਹੁੰਦੀਆਂ ਭੇਡਾਂ ਆ ਦੇਖੋ ਆਹ ਦੇਖੋ ਜੀ ਚਾਰਚ ਚੋਂ ਨਿਕਲ ਕੇ ਪੈ ਗਿਆ ਲੰਮੇ ਘਾਹ ਨੂੰ ਤੇ ਆ ਜਾ ਹੁਣ ਆਉਣਿਆ ਗਾਂਧੀ ਹਲਾ ਗਾਂਧੀ ਗਾਂਧੀ ਦਰਸਾਲ ਹਨਾ ਭਾਈ ਚਲੋ ਜਿੰਨਾ ਵੀ ਤੁਸੀਂ ਕਰਦੇ ਆ ਮੈਨੂੰ ਜਿੰਨੀ ਮੈਨੂੰ ਮਿਹਨਤ ਕਰਨੀ ਪੈਂਦੀ ਉਹਨਾਂ ਮੁੱਲ ਤਾਂ ਪੈਂਦਾ ਨਹੀਂ ਪਰ ਜਿੰਨਾ ਵੀ ਜਿਹੜਾ ਵੀ ਤੁਸੀਂ ਸ਼ੇਅਰ ਕਰਦਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਹਨਾ ਘਰੇ ਗੱਲ ਫੋਨ ਲਾਇਆ ਬੀਕ ਚ ਅੱਧੀ ਵਾਰੀ ਲਾਉਣਾ ਨਾ ਕਰਦੇ ਕਹਿੰਦੇ ਲੋਕਾਂ ਦਾ ਕੋਈ ਮੁੰਡਾ ਹੈਗਾ ਜਿਹੜਾ ਤੇਰੇ ਜਿੰਨਾ ਬੋਲਦਾ ਮਾਸੀ ਜੀ ਦੇ ਸੱਟ ਲੱਗੀ ਉਹ ਮੰਮੀ ਦਾ ਮਾਸੀ ਨਾਲ ਹੀ ਸੀ ਮੰਮੀ ਜੀ ਉਹਨਾਂ ਦੇ ਗਿਉਆ ਹਨ ਦੋਏ ਹੋਰ ਕਿਸੇ ਦਾ ਪੁੱਤ ਹੈ ਜਿਹੜਾ ਇੰਨਾ ਬੋਲਦਾ ਤੂੰ ਹੀ ਲੱਗਾ ਰਹਿਣਾ ਕੱਲਾ ਇਦਾਂ ਉਦਾਂ ਇਦਾਂ ਦਾ ਲਾਈਕ ਮੈਨੂੰ ਘਰੋਂ ਕੋਈ ਸਪੋਰਟ ਨਹੀਂ ਪ੍ਰਭੂ ਮੇਰੇ ਵੀ ਮਤਲਬ ਹੈ ਨਾ ਵੀ ਤੁਹਾਡੇ ਸਿਰ ਤੇ ਹੀ ਆ ਮੇਰੇ ਮਾਈਂਡ 'ਚ ਵੀ ਕਿਸੇ ਦਿਨ ਆ ਜਾਣਾ ਯਾਰ ਗੱਲ ਤਾਂ ਸੋਚਣ ਵਾਲੀ ਹੋਰ ਕਿਸੇ ਦਾ ਪੁੱਤ ਹੈ ਜਿਹੜਾ ਇੰਨਾ ਬੋਲਦਾ ਤੂੰ ਹੀ ਸਾਲਾ ਸਵੇਰੇ 5 ਵਜੇ ਉੱਠ ਕੇ ਲਾਪਨ ਨਾਲ ਦੇ ਆ ਸੁੱਤੇ ਭਈ ਐਤਵਾਰ ਮਨਾਉਂਦੇ ਹਨਾ ਮੈਨੂੰ ਕਿਹੜਾ ਹੋਇਆ ਬਸ ਚਲੋ ਕੋਈ ਨਹੀਂ ਤੇ ਹਾਂਜੀ ਗੱਲ ਆਉਂਦੀ ਮੁੱਦੇ ਦੀ ਗਾਂਧੀ ਸੀਖਸ ਗਾਟ ਗਾਂਧੀ ਇਜ਼ ਇਨ ਦਾ ਮਾਰਕੀਟ ਫੋਰ ਐਨੀ ਗੋਟ ਟੂ ਸਪਲਾਈ ਮੈਨ ਐਸੈਂਸ਼ੀਅਲ ਪਾਰਟ ਆਫ ਹਿਸ ਡਾਇਗੋਸ ਮੇ ਨਿਰਮਲਾ ਨਿਰਮਲਾ ਫਾਰਮ ਗੋਡ ਆਫ ਦਾ ਗਾਂਧੀ ਦਾ ਸਨ 9th ਡੇਟ ਆਫ ਬਰਥ ਫਰਮ ਦਾ ਸੈਂਟਰਲ ਪ੍ਰੋਵਿੰਸ ਇਨ ਦਿਸ ਪਾਰਟ ਫਰਮ देयर ਦੇਖੋ ਯ ਉਹਦੀ ਬੱਕਰੀ ਦਾ ਨਾਮ ਨਿਰਮਲਾ ਏ ਮੇਕ ਸ਼ੋਰ ਕਰਨ ਲਈ ਮੈਨੂੰ ਘੱਟੋ ਘੱਟ 1 ਘੰਟੇ ਤੋਂ ਜ਼ਿਆਦਾ ਸਮਾਂ ਲੱਗ ਗਿਆ ਕਿਉਂਕਿ ਅੱਗੇ ਵੀ ਮੈਂ ਪਹਿਲਾਂ ਕਦੀ ਪੋਸਟ ਵਾਈ ਲੋਕ ਕਹਿੰਦੇ ਸੀ ਤੈਨੂੰ ਕਿੱਦਾਂ ਪਤਾ ਉਹਦਾ ਨਾ ਨਿਰਮਲਾ ਜੋ ਮਰਜੀ ਹੈ ਨਾ ਪੂਰਾ ਪ੍ਰੋਪਰ ਤੱਥ ਇਹਦੇ ਲਈ ਮੈਨੂੰ ਅਖਬਾਰ ਕੱਢਣੀ ਪਈ ਦਸੰਬਰ 22 1947 ਦੀ ਦੇਖ ਲਓ ਅੰਗਰੇਜ਼ਾਂ ਦੀ ਖਬਰ ਸੀ ਪਤਾ ਨਹੀਂ ਕਿਹੜੇ ਦੇਸ਼ ਦੀ ਗਾਂ ਤੋਂ ਗਾਂ ਗਾਂ ਤੋਂ ਗਾਂ ਪਈ ਉਹੀ ਜਦੋਂ ਤੱਕ ਹੈ ਨਾ ਫਿਰ ਸਵਾਦ ਵੀ ਵੱਖਰਾ ਹੀ ਆਉਂਦਾ ਜਦੋਂ ਆਨਸਰ ਮਿਲ ਜAVE ਇਦਾਂ ਦੀ ਗੱਲ ਦਾ ਹਨਾ ਆ ਦੇਖੋ ਜੀ 22 ਦਸੰਬਰ 1947 ਦੀ ਅਖਬਾਰ ਤੇ ਤੁਸੀਂ ਵੀ ਤੁਹਾਨੂੰ ਵੀ ਪਤਾ ਹੋਣਾ ਜਦੋਂ ਕਿਸੇ ਅਖਬਾਰ 'ਚ ਖਬਰ ਆਉਂਦੀ ਹੈ ਤੇ ਇੱਕ ਦਿਨ ਆਹ ਦਿਨ ਲਿਖਦੇ ਹੁੰਦੇ ਹਨਾ ਵੀ ਜਿੱਦਣ ਦਸੰਬਰ 21 ਇਦਾਂ ਲਿਖਦੇ ਹਨਾ ਜੇ ਕੱਲ ਦੀ ਅਖਬਾਰ ਇੱਕ ਤਰੀਕ ਪਹਿਲਾਂ ਪਾਉਂਦੇ ਆ ਅੰਗਰੇਜ਼ਾਂ ਦੀ ਅਖਬਾਰ 'ਚੋਂ ਕੱਢ ਕੇ ਲਿਆਂਦਾ ਉਹ ਤੋਂ ਬੱਕਰੀ ਦਾ ਨਾਮ ਨਿਰਮਲਾ ਸੀ ਦੇਖ ਲਓ ਹਨਾ ਭਈ ਬੜੀ ਮਿਹਨਤ ਲੱਗਦੀ ਹੈ ਤੇ ਤੁਸੀਂ ਕੀ ਕਰਨਾ ਹੁੰਦਾ ਇੱਕ ਸ਼ੇਅਰ ਹੀ ਕਰਨਾ ਹੁੰਦਾ ਇੱਕ ਸਕੰਡ ਦਾ ਕੰਮ ਹੁੰਦਾ ਤੁਸੀਂ ਉਹ ਵੀ ਨਹੀਂ ਕਰਦੇ ਚਲੋ ਮਰਜੀ ਆ ਟੋਡੀ ਹੋਂਦ ਖੋਲਾ ਤੇ ਇੱਕ ਤੇ ਓਕੇ ਜੀ ਤੇ ਜਾਂਦੇ ਜਾਂਦੇ ਨਿਰਮਲਾ ਦੇ ਮੈਂ ਕਿਹਾ ਦਰਸ਼ਨ ਕਰਾ ਜੀ ਆ ਜਾ ਆ ਜਾ ਨਹੀਂ ਆ ਜਾ ਨਿਰਮਲਾ ਲੈ ਗਈ ਝੂੜੇ ਇੰਗਲੈਂਡ ਦੇ ਦੁਨੀਆ ਚ ਕਈ ਬਿਲੀਅਨ ਲੋਗ ਆ ਜਿਨ੍ਹਾਂ ਨੇ ਪਲੇਨ ਦਾ ਝੂੜਾ ਹੀ ਨਹੀਂ ਲਿਆ ਤੇ ਗਾਂਧੀ ਦੀ ਬੱਕਰੀ ਸੀ ਦੇਖੋ ਤਾਂ ਸਹੀ ਕਿਦਾਂ ਝੋਟੇ ਅੰਗੋ ਫਿੱਟੀ ਬਈ ਆ ਦੇਖੋ ਹੈ ਦੱਸ ਅਖੇ ਜੀ ਗਾਂਧੀ ਨੇ ਦੇਸ਼ ਆਜ਼ਾਦ ਕਰਾਇਆ ਹੈ ਸਾਰੀ ਖਰਾਕ ਤਾਂ ਬੱਕਰੀ ਨੂੰ ਦਈ ਗਿਆ ਆ ਦੇਖੋ ਜੀ ਇੰਗਲੈਂਡ ਚ ਗੋਰੇ ਵੀ ਬੱਕਰੀ ਦੇਖਣ ਆਏ ਸੀ ਗਾਂਧੀ ਜੀ ਆ ਦੇਖੋ ਇੰਗਲੈਂਡੀਏ ਗੋਰੇ ਲਓ ਪੌੜਾ ਸਾਲਾ ਐ ਹਾ ਦੇਖੋ ਕਿੱਦਾਂ ਦੇ